महाराजा रणजीत सिंह दे वारसां दी आखरी अहम निशानी नीलाम होण लगी है। लंडन स्थित महाराजा दलीप सिंह दे बेटे प्रिंस विक्टर एल्बर्ट जे दलीप सिंह दी महल नुमा हवेली दी 15.5 मिलियन पाउंड कीमत पई है। महान सिख राज दे वारिसां दी विरासत नूं नीलाम करन दा ऐलान होया है। दलीप सिंह महाराजा रणजीत सिंह दे सब तों छोटे सपुत्तर सन ਅਤੇ ਸਿੱਖ ਸਲਤਨਤ ਦੇ ਵਾਰਿਸ ਸਨ। ਅੰਗਰੇਜ਼ਾਂ ਵੱਲੋਂ ਸਿੱਖ ਰਾਜ ਨੂੰ ਬ੍ਰਿਟਿਸ਼ ਸਾਮਰਾਜ 'ਚ ਮਿਲਾਉਣ ਤੋਂ ਬਾਅਦ ਦਲੀਪ ਸਿੰਘ ਨੂੰ ਬ੍ਰਿਟੇਨ ਲਿਆਂਦਾ ਗਿਆ। ਉਹਨਾਂ ਦੇ ਸਪੁੱਤਰ ਪ੍ਰਿੰਸ ਵਿਕਟਰ 1866 'ਚ ਲੰਡਨ 'ਚ ਜਨਮੇ ਅਤੇ ਕੁਈਨ ਵਿਕਟੋਰੀਆ ਨੂੰ ਰਾਜ ਮਾਤਾ ਮੰਨ ਇਹ ਸਭ ਉਹਨਾਂ ਦੇ ਅਧੀਨ ਵਿੰਗ ਅਧੀਨ ਚਲਾ ਗਿਆ। ਉਹਨਾਂ ਦਾ ਲੇਡੀ ਐਨੀ ਕੁਵੈਂਟਰੀ ਨਾਲ ਵਿਆਹ ਹੋਇਆ ਅਤੇ ਉਸ ਤੋਂ ਬਾਅਦ ਬ੍ਰਿਟਿਸ਼ ਅਥਾਰਟੀ ਵੱਲੋਂ ਉਹਨਾਂ ਨੂੰ ਇਹ ਮਹਿਲ ਨੁਮਾ ਹਵੇਲੀ ਉਪਹਾਰ ਵਜੋਂ ਦਿੱਤੀ ਗਈ। ਇਹ ਕਿੰਗਸਟਨ ਦੇ ਸਾਊਥ ਵੈਸਟ ਇਲਾਕੇ 'ਚ ਲਿਟਲ ਬਾਲਸਟਨ 'ਚ ਤੈਅ ਹੈ। ਵਿਆਹ ਤੋਂ ਬਾਅਦ ਇਹ ਉਹਨਾਂ ਦਾ ਆਪਣਾ ਘਰ ਸੀ। ਇਹ ਇੱਕ ਵੱਡਾ ਮਹਿਲ ਨੁਮਾ ਘਰ ਹੈ ਜਿਸ ਵਿੱਚ ਰਹਿਣ ਦੀ ਵੱਡੀ ਸਪੇਸ ਸਮੇਤ ਪਿੱਛੇ 52 ਫੁੱਟ ਦਾ ਗਾਰਡਨ ਹੈ। ਇਹ ਸਾਊਥ ਵੈਸਟ ਦੇ ਰਿਹਾਇਸ਼ੀ ਇਲਾਕੇ 'ਚ ਸਥਿਤ ਹੈ। ਇਹ 1868 ਵਿੱਚ ਤਿਆਰ ਹੋਇਆ ਸੀ। ਉਸ ਵੇਲੇ ਈਸਟ ਇੰਡੀਅਨ ਕੰਪਨੀ ਵੱਲੋਂ ਖਰੀਦਿਆ ਗਿਆ ਅਤੇ ਇਨਵੈਸਟਮੈਂਟ ਦੇ ਪਰਪਜ਼ ਨਾਲ ਖਰੀਦੀ ਜਾਇਦਾਦ ਵਜੋਂ ਦਰਜ ਸੀ। ਇਸ ਮਹਿਲ ਤੋਂ ਇਲਾਵਾ ਮਹਾਰਾਜਾ ਦਲੀਪ ਸਿੰਘ ਦਾ ਪਰਿਵਾਰ ਵਿੰਬਲਡਨ ਅਤੇ ਰੋਏਹੈਂਪਟਨ 'ਚ ਵੀ ਜਾਇਦਾਦ ਰੱਖਦਾ ਸੀ ਅਤੇ ਈਸਟਰਨ ਇੰਗਲੈਂਡ ਦੇ ਐਲੀਵੀਡਨ ਹਾਲ ਸੁਫਲੋਕ ਵਿੱਚ ਵੱਡੀ ਜਾਇਦਾਦ ਸੀ। ਅਸਲ 'ਚ 1849 ਨੂੰ ਦੂਜੀ ਐਂਗਲੋ ਸਿੱਖ ਵਾਰ ਤੋਂ ਬਾਅਦ ਸਿੱਖ ਰਾਜ ਅੰਗਰੇਜ਼ਾਂ ਦੇ ਅਧੀਨ ਆ ਗਿਆ ਅਤੇ ਅੰਗਰੇਜ਼ ਮਹਾਰਾਜਾ ਦਲੀਪ ਸਿੰਘ ਨੂੰ ਆਪਣੀ ਸਰਪ੍ਰਸਤੀ ਹੇਠ ਇੰਗਲੈਂਡ ਲੈ ਆਏ। ਪ੍ਰਿੰਸ ਐਲਬਰਟ ਜੇ ਦਲੀਪ ਸਿੰਘ ਉਹਨਾਂ ਦੇ ਸਭ ਤੋਂ ਵੱਡੇ ਸਪੁੱਤਰ ਸਨ ਜੋ ਮਹਾਰਾਣੀ ਬੰਬਾ ਮੁਲਰ ਦੀ ਕੁੱਖੋਂ ਪੈਦਾ ਹੋਏ। ਉਹਨਾਂ 'ਚੋਂ ਇੱਕ ਧੀ ਵੀ ਸੀ ਜਿਸ ਦਾ ਨਾਮ ਸੋਫੀਆ ਦਲੀਪ ਸਿੰਘ ਸੀ ਜੋ ਕਿ ਬ੍ਰਿਟੇਨ 'ਚ ਮਹਿਲਾ ਅਧਿਕਾਰਾਂ ਲਈ ਲੜਨ ਵਾਲੇ ਵੱਡੇ ਕਾਰਕੁਨ ਵਜੋਂ ਪ੍ਰਸਿੱਧ ਸਨ। ਵਿਕਟਰ ਜੇ ਦਲੀਪ ਸਿੰਘ ਸੋਹਣੇ ਸੁਨੱਖੇ ਰਾਜਕੁਮਾਰ ਵਜੋਂ ਜਾਣੇ ਜਾਂਦੇ ਸਨ। ਕੈਂਬਰਿਜ ਯੂਨੀਵਰਸਿਟੀ ਦੇ ਇਟੋਨ ਕਾਲਜ ਵਿੱਚ ਪੜ੍ਹੇ। 1898 ਵਿੱਚ ਉਹਨਾਂ ਦਾ ਵਿਆਹ ਹੋ ਗਿਆ। ਲੰਡਨ ਦੇ ਇਟੋਨ ਸਕੁਏਅਰ 'ਚ ਇੱਕ ਚਰਚ ਵਿੱਚ ਵਿਆਹ ਸਮਾਗਮ ਮੁਕੰਮਲ ਹੋਇਆ। ਪ੍ਰਿੰਸ ਵਿਕਟਰ ਆਪਣੇ ਮਹਿੰਗੇ ਸ਼ੌਂਕਾਂ ਵਾਲੀ ਜ਼ਿੰਦਗੀ ਲਈ ਜਾਣੇ ਜਾਂਦੇ ਸਨ ਜਿਸ ਵਿੱਚ ਘੋੜਿਆਂ ਦੀ ਦੌੜ ਸ਼ਾਮਲ ਸੀ। ਉਹਨਾਂ ਦੇ ਮਹਿੰਗੇ ਸ਼ੌਂਕ ਉਹਨਾਂ ਦੀ ਘੱਟ ਆਮਦਨ ਸਾਹਮਣੇ ਛੋਟੇ ਪਏ। ਸਰਕਾਰ ਵੱਲੋਂ ਉਹਨਾਂ ਨੂੰ ਬਤੌਰ ਸਾਲਾਨਾ ਭੱਤੇ ਵਜੋਂ ਸਾਲਾਨਾ 8,250 ਪਾਉਂਡ ਮਿਲਦੇ ਸਨ। ਉਹਨਾਂ ਦੀ ਪਤਨੀ ਦੀ ਕਮਾਈ 2,500 ਪਾਉਂਡ ਸੀ। ਇਹਨਾਂ ਹਾਲਾਤਾਂ ਦਰਮਿਆਨ 1902 ਵਿੱਚ ਹੀ ਵੱਡੇ ਮਾਲੀ ਸੰਕਟ 'ਚ ਘਿਰ ਗਏ। ਉਹਨਾਂ ਦੇ ਸਿਰ 1,17,900 ਪਾਉਂਡ ਦਾ ਵੱਡਾ ਕਰਜ਼ਾ ਸੀ ਜੋ ਉਸ ਵੇਲੇ ਇੱਕ ਵੱਡੀ ਰਕਮ ਸੀ। ਪ੍ਰਿੰਸ ਅਤੇ ਉਹਨਾਂ ਦੀ ਪਤਨੀ ਪਹਿਲੇ ਵਿਸ਼ਵ ਯੁੱਧ ਸਮੇਂ ਮੋਨਾਕੋ ਵਿੱਚ ਸਨ ਜਿੱਥੇ ਹੀ ਪ੍ਰਿੰਸ ਦਾ 51 ਸਾਲ ਦੀ ਉਮਰ ਵਿੱਚ 1918 'ਚ ਦੇਹਾਂਤ ਹੋ ਗਿਆ। ਉਹਨਾਂ ਦੀ ਪਤਨੀ ਐਨੀ 1956 ਵਿੱਚ 82 ਸਾਲ ਦੀ ਉਮਰ ਤੱਕ ਆਪਣੇ ਦੇਹਾਂਤ ਤੱਕ ਲਿਟਲ ਬੋਸਟਨ ਹਾਊਸ ਵਿੱਚ ਹੀ ਰਹੇ। 1871 ਦੀ ਰਾਜਸ਼ੁਮਾਰੀ ਮੁਤਾਬਕ ਇਹ ਘਰ ਈਸਟ ਇੰਡੀਆ ਕੰਪਨੀ ਦੇ ਨਾਮ ਦਰਜ ਸੀ। ਬਿਊਚੈਪ ਅਸਟੇਟ ਮੁਤਾਬਕ ਇਹ ਜਾਇਦਾਦ 2010 ਵਿੱਚ ਪ੍ਰਾਈਵੇਟ ਮਲਕੀਅਤ ਐਲਾਨੀ ਗਈ। 5,613 ਸਕੁਏਅਰ ਫੁੱਟ ਦੇ ਇਤਾਲਵੀ ਤਰੀਕੇ ਨਾਲ ਬਣੇ ਇਸ ਘਰ ਵਿੱਚ 2 ਵੱਡੇ ਛੱਤ ਹਨ, 2 ਵੱਡੇ ਰਿਸੈਪਸ਼ਨ ਰੂਮ ਹਨ, 1 ਵੱਡੀ ਕਿਚਨ ਹੈ, 5 ਬੈਡਰੂਮ ਹਨ, ਸਟਾਫ ਬੈਡਰੂਮ ਹੈ, ਜਿਮਨੇਜ਼ੀਅਮ ਹੈ। ਗਰਾਊਂਡ ਫਲੋਰ 'ਤੇ 2 ਆਲੀਸ਼ਾਨ ਬੈਡਰੂਮ ਸਨ। ਇੱਕ ਪ੍ਰਿੰਸ ਦਾ ਅਤੇ ਦੂਜਾ ਐਨੀ ਦਾ ਵੱਖੋ ਵੱਖਰਾ ਸੀ। ਫਿਲਹਾਲ ਇਸ ਮਹਿਲ ਨੁਮਾ ਹਵੇਲੀ ਦੀ ਕੀਮਤ ਮਿਥੀ ਗਈ ਹੈ 15.5 ਮਿਲੀਅਨ ਪਾਊਂਡ ਅਤੇ ਇਸ ਦੀ ਨਿਲਾਮੀ ਦਾ ਐਲਾਨ ਹੋ ਚੁੱਕਾ ਹੈ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।